ਬਿਜ਼ਨਸ ਬਿਊਰੋ ਰੂਪਨਗਰ ਵੱਲੋਂ ਵਕਫ ਬੋਰਡ ਦੇ ਇੱਕ ਕਿਰਾਇਆ ਕੁਲੈਕਟਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਬਿਜ਼ਨਸ ਵੱਲੋਂ ਕਿਰਾਇਆ ਕੁਲੈਕਟਰ ਦੇ ਨਾਲ ਨਾਲ ਵਕਫ ਬੋਰਡ ਦੇ ਕਾਰ ਸਾਧਕ ਅਫਸਰ ਖਿਲਾਫ਼ ਵੀ ਭ੍ਰਿਸ਼ਟਾਚਾਰ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨੇ 6 ਮਰਲੇ ਭਰਤਗੜ੍ਹ ਦੇ ਵਿੱਚ ਵਕਫ ਬੋਰਡ ਦੀ ਜ਼ਮੀਨ ਆਪਣੇ ਨਾਲ ਪੱਠੇ ਦੇ ਕਰਵਾਉਣ ਲਈ ਅਰਜ਼ੀ ਦਿੱਤੀ ਸੀ ਕਿ ਉਹ ਵਕਫ ਬੋਰਡ ਰੋਪੜ ਦੇ। ਉਹਨੇ ਕਿਹਾ ਵੀ ਆਰ ਸੀ ਨੂੰ ਮਿਲੋ, ਰੈਂਟ ਕੁਲੈਕਟਰ ਨੂੰ। ਰੈਂਟ ਕੁਲੈਕਟਰ ਨੇ ਕਿਹਾ ਵੀ 1.25 ਲੱਖ ਰੁਪਇਆ ਇਹਦੀ ਫੀਸ ਲੱਗੂਗੀ ਜਿਹੜੀ ਸਰਕਾਰੀ ਫੀਸ ਹੈ, ਅਤੇ 2.5 ਲੱਖ 2.75 ਲੱਖ ਰੁਪਇਆ 2,75,000 ਰੁਪਈਆ ਇਹਦਾ ਰਿਸ਼ਵਤ ਲੱਗੂਗੀ। ਉਹਨੇ ਮੈਂ ਤਰਲਾ ਕੀਤਾ ਅਤੇ ਉਹਨੇ ਕਿਹਾ ਵੀ 2.5 ਲੱਖ ਰੁਪਏ ਤੋਂ ਘੱਟ ਨਹੀਂ ਲੱਗਣਾ, 2.5 ਲੱਖ ਰੁਪਏ ਲੱਗੂਗਾ। ਅੱਜ ਉਹਨੇ ਇਹਦੇ ਪੇਪਰ ਬਣਾ ਕੇ ਚੰਡੀਗੜ੍ਹ ਨੂੰ ਭੇਜਣਾ ਸੀ, ਚੰਡੀਗੜ੍ਹ ਨੂੰ ਪੇਪਰ ਬਣ ਕੇ ਆਉਂਦੇ ਅਤੇ ਫਿਰ ਹੀ ਸਰਕਾਰੀ ਫੀਸ ਜਮ੍ਹਾਂ ਹੋਊਗੀ। ਅੱਜ ਉਹਨਾਂ ਨੇ ਪਹਿਲੀ ਕਿਸ਼ਤ ਦੇ ਤੌਰ 'ਤੇ 1 ਲੱਖ ਰੁਪਏ ਦੀ ਡਿਮਾਂਡ ਕੀਤੀ, ਉਹ 1 ਲੱਖ ਰੁਪਏ ਉਹਨੇ ਸਾਨੂੰ ਦੱਸ ਕੇ ਉਹਨੇ 1 ਲੱਖ ਰੁਪਇਆ ਉਹਨਾਂ ਨੂੰ ਦਿੱਤਾ ਅਤੇ ਅਸੀਂ ਉਹਨਾਂ ਨੂੰ ਨੋਟਾਂ ਨੂੰ ਰੰਗ ਲਾਇਆ, ਅਸੀਂ ਨੰਬਰ ਵੀ ਨੋਟ ਕੀਤੇ ਸੀ ਸਰਕਾਰੀ ਗਵਾਹ ਦੇ ਹਾਜ਼ਰੀ ਵਿੱਚ। ਫਿਰ ਅਸੀਂ ਉਹਨੂੰ ਜਾ ਕੇ ਉਹ ਇਹ ਪੈਸੇ ਦੇਣ ਤੋਂ ਬਾਅਦ ਅਸੀਂ ਉਹਨੂੰ ਰਿਕਵਰ ਕੀਤਾ ਉਹਨਾਂ ਕੋਲੋਂ ਅਤੇ ਉਹਦੀ ਗ੍ਰਿਫਤਾਰੀ ਪਾਈ ਹੈ ਅਤੇ ਕੱਲ੍ਹ ਨੂੰ ਕੋਰਟ 'ਚ ਪੇਸ਼ ਕਰਾਂਗੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ, ਚੈਨਲ 2।